ਪੰਜਾਬ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਹੁਸ਼ਿਆਰਪੁਰ ਪਹੁੰਚਣ ਤੇ ਬ੍ਰਹਮ ਸ਼ੰਕਰ ਜਿੰਪਾ ਨੂੰ ਪ੍ਰਸ਼ਾਸਨ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੰਤਰੀ ਜਿੰਪਾ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਵਿਭਾਗ ਉਹਨਾਂ ਨੂੰ ਦਿੱਤਾ ਜਾਵੇਗਾ ਉਸ ਦੇ ਵਿੱਚ ਉਹ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਨਗੇ ਅਤੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਨਾਲ ਹੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਦੀ ਤਰੱਕੀ ਲਈ ਉਹ ਵਚਨਬੱਧ ਰਹਿਣਗੇ। ਉਹਨਾਂ ਨੇ ਕਿਹਾ ਕਿ ਹੁਸ਼ਿਆਰਪੁਰ ਦਾ ਵਿਕਾਸ ਸਹੀ ਅਰਥਾਂ 'ਚ ਹੁਣ ਕਰਕੇ ਵਿਖਾਵਾਂਗੇ ਅਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਲੁੱਟਣ ਤੋਂ ਸਿਵਾਏ ਹੋਰ ਕੋਈ ਵੀ ਕੰਮ ਨਹੀਂ ਕੀਤਾ। ਕੀ ਹੋਰ ਕੁਝ ਕਿਹਾ ਮੰਤਰੀ ਬਣੇ ਬ੍ਰਹਮ ਸ਼ੰਕਰ ਜਿੰਪਾ ਨੇ, ਆਓ ਸੁਣਦੇ ਹਾਂ। ਮੈਂ ਬਹੁਤ ਧੰਨਵਾਦ ਕਰਦਾ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ, ਦਿੱਲੀ ਦੇ CM ਸਾਹਿਬ ਔਰ ਪੰਜਾਬ ਦੇ CM ਭਗਵੰਤ ਮਾਨ ਜੀ ਦਾ, ਜਿਨ੍ਹਾਂ ਨੇ ਮੈਨੂੰ ਪਹਿਲਾਂ ਤਾਂ ਟਿਕਟ ਦਿੱਤੀ, ਟਿਕਟ ਦੇ ਕੇ ਉਸ ਤੋਂ ਬਾਅਦ ਮੈਨੂੰ ਕੈਬਨਿਟ 'ਚ ਲਿਆ, ਪਹਿਲੇ 10 ਮੰਤਰੀਆਂ ਦੇ ਨਾਲ ਲਿਆ। ਮੈਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਬਹੁਤ ਧੰਨਵਾਦ ਕਰਦਾ ਔਰ ਇਹ ਚੀਜ਼ ਜ਼ਾਹਰ ਕਰਦੀ ਹੈ ਵੀ ਕਿਆ ਇਮਾਨਦਾਰ ਆਮ ਜਿਹੜੇ ਇਮਾਨਦਾਰ ਪਾਰਟੀਆਂ ਇੱਥੋਂ ਜ਼ਾਹਰ ਹੁੰਦੀਆਂ ਵੀ ਉਹ ਕਿੱਦਾਂ ਕੰਮ ਕਰਦੇ। CM ਸਾਹਿਬ ਨੇ ਜਦ ਮੇਰੀ ਟੀਮ ਨੇ ਸੋਚਿਆ ਤਾਂ ਅੱਛੀ ਗੱਲ ਸੋਚੀ ਹੈ, ਜਦੋਂ ਸਾਰੀ ਰਿਪੋਰਟ CM ਦੇ ਟੇਬਲ 'ਤੇ ਪਈ ਹੋ ਗਈ ਵੀ ਇੱਥੇ ਆ ਗੜਬੜ ਹੋ ਰਹੀ ਹੈ ਅਤੇ ਉਹ ਤਾਂ ਜਲਦੀ ਐਕਸ਼ਨ ਹੋਏਗਾ, ਨਹੀਂ ਤਾਂ ਉੱਥੇ ਰਿਪੋਰਟ ਸਹੀ ਟਾਈਮ 'ਤੇ ਪਹੁੰਚਣ ਨੂੰ ਟਾਈਮ ਲੱਗ ਜਾਂਦਾ, ਬਲਕਿ ਪਹੁੰਚਦੀਆਂ ਨਹੀਂ ਹੈ। ਸਰ ਕਿੱਦਾਂ ਦੇ ਰਹੇ ਹੋ ਮਾਈਨਿੰਗ? ਬਹੁਤ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ, ਜੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੱਲ ਕਰੀਏ ਉੱਥੇ ਵੀ ਬਹੁਤ ਜ਼ਿਆਦਾ ਮਾਈਨਿੰਗ ਚੱਲ ਰਹੀ ਹੈ। ਦੇਖੋ, ਮਾਈਨਿੰਗ 'ਤੇ ਕੋਈ ਨਾ ਕੋਈ ਪੋਲਿਸੀ ਸਰਕਾਰ ਜਲਦੀ ਜਾਰੀ ਕਰੇਗੀ, ਜਿਹਨੇ ਕਿ ਸਰਕਾਰ ਦੇ ਪੋਲਿਸੀ। ਦੇਖੋ, ਸਰਕਾਰ ਨੂੰ ਵੀ ਟਾਈਮ ਚਾਹੀਦਾ ਕਿਸੇ ਚੀਜ਼ 'ਤੇ ਵਿਚਾਰ ਕਰਨ ਨੂੰ, ਸਰਕਾਰ ਨੂੰ ਸੈੱਟ ਹੋਣ ਨੂੰ ਟਾਈਮ ਲੱਗਦਾ ਥੋੜ੍ਹਾ ਜਿਹਾ। ਬਹੁਤ ਵਧੀਆ ਕੰਮ ਹੋਊਗੇ, ਥੋੜ੍ਹਾ ਟਾਈਮ ਦੇਈਓ। ਕਾਂਗਰਸ ਪਾਰਟੀ ਦਾ ਗੱਲ ਕਰਨ ਜੋਗੀ ਵੀ ਨਹੀਂ ਰਹੀ ਹੁਣ, ਜਿਹਦਾ ਪ੍ਰਧਾਨ ਹਾਰ ਗਿਆ, CM ਹਾਰ ਗਿਆ, ਹੋਰ ਉਸ ਤੋਂ ਉਹਨਾਂ ਨੇ ਹੁਣ ਕੀ ਗੱਲ ਕਰਨੀ ਹੈ ਕਿਸੇ ਨੇ? ਦੇਖੋ ਜੀ, ਰੋੜਾ ਸਾਹਿਬ ਦੇ ਇਲਜ਼ਾਮ ਮੈਂ ਤਾਂ ਲਾਏ ਨਹੀਂ, ਮੇਰੇ ਵੱਲੋਂ ਕੋਈ ਇਲਜ਼ਾਮ ਨਹੀਂ ਲੱਗਾ ਰੋੜਾ ਸਾਹਿਬ ਦੇ, ਐਵੇਂ ਸਾਡੀ ਕਿਤੇ ਅਗਲੇ ਨੂੰ ਇਹ ਨਾ ਲੱਗਿਆ ਵੀ ਜਿੰਪੇ ਨੇ ਇਲਜ਼ਾਮ ਲਾਇਆ। ਉਹਨੂੰ ਪਤਾ ਹੀ ਹੈ ਮੈਂ ਪਹਿਲਾਂ ਕਹਿੰਦਾ ਹਾਂ ਮੇਰਾ ਨਿੱਜੀ ਇਲਜ਼ਾਮ ਕੋਈ ਨਹੀਂ ਹੁੰਦਾ, ਨਾ ਕਦੇ ਮੈਂ ਕਿਸੇ 'ਤੇ ਲਾਉਣਾ ਆ, ਨਾ ਮੈਨੂੰ ਲੋੜ ਹੈ। ਲੇਕਿਨ ਕੀ ਕਹਿੰਦੇ ਆ, ਇਲਜ਼ਾਮ ਤਾਂ ਉਹਨਾਂ ਦੀ ਸਰਕਾਰ ਨੇ ਲਾਏ ਆ, ਜਵਾਬ ਉਹਨਾਂ ਨੂੰ ਕੋਰਟ ਦੇ ਵਿੱਚ ਮੈਟਰ ਹੈਗੇ ਆ ਬਹੁਤ ਸਾਰੇ। ਇਹ ਥੋੜ੍ਹੀ ਵੀ ਆਪਾਂ ਸਰਕਾਰ ਬਿਲਕੁਲ ਦੇਖੋ, ਇਹ ਨਹੀਂ ਹੈ ਵੀ ਅਸੀਂ ਜਾ ਕੇ ਕੋਈ ਕੰਮ ਕੀਤਾ ਤਾਂ ਅਸੀਂ ਉਹ ਤੋਂ ਬਚ ਜਾਈਏ ਵੀ ਨਾ ਤਾਂ ਜੀ ਹਾਂ ਇੱਦਾਂ ਹੋ ਗਿਆ ਜੀ, ਇਉਂ ਹੋ ਗਿਆ। ਐਕਸਕਿਊਜ਼ ਕਾਹਦਾ ਆ, ਕਿਸ ਗੱਲ ਦਾ ਐਕਸਕਿਊਜ਼ ਹੈ? ਉਹ ਗ੍ਰੀਨ, ਮੇਰੀ ਗੱਲ ਸਮਝੋ, ਗ੍ਰੀਨ ਜਿਹੜੀ ਚਿੱਟ ਮਿਲ ਚੁੱਕੀ ਆ ਉਹ ਕਈ ਤਰ੍ਹਾਂ ਮਿਲਦੀ ਹੈਗੀ ਆ, ਉੱਥੇ ਚਰਚਾ ਹੋਏਗੀ। ਮੇਰੀ ਜਿਹੜੀ ਚੀਜ਼ ਵਿਕ ਗਈ, ਰਜਿਸਟਰੀਆਂ ਹੋ ਗਈਆਂ, ਵੈਬਸਾਈਟ 'ਤੇ ਪਾ ਦਿੱਤਾ ਗਿਆ, ਉਹਦਾ ਜਵਾਬ ਕਿਉਂ ਨਹੀਂ ਦਿੰਦੇ? ਜੇ ਉੱਥੇ ਇੱਕ ਮਿੰਟ ਠਹਿਰ ਜਾਓ, ਇਹਦਾ ਜਵਾਬ ਕਿਉਂ ਨਹੀਂ ਦਿੰਦੇ? ਭਈ ਉੱਥੇ 32 ਏਕੜ ਸੀਗੇ, ਉਹ ਬਹੁਤ ਕੀਮਤੀ ਏਕੜ ਸੀਗੇ, ਉੱਥੇ 6 ਜਾਂ 8 IT ਪਾਰਕ ਹੀ ਬਣ ਜਾਣੇ ਸੀ 6-6 ਏਕੜ ਦੇ, ਉਹਦਾ ਜਵਾਬ ਦੇਣਾ। ਜਿਹੜਾ 5 ਸਾਲ ਲੋਕਾਂ ਦੇ ਜਿਹੜੇ ਬੱਚਿਆਂ ਨੂੰ ਇੰਪਲਾਇਮੈਂਟ ਨਹੀਂ ਮਿਲ ਸਕੀ, ਚਾਹੁੰਦੇ ਤਾਂ ਉੱਥੇ ਉਹ ਰੁਜ਼ਗਾਰ ਦਾ, ਇਹਨਾਂ ਚੀਜ਼ ਗੱਲਾਂ ਦਾ ਜਵਾਬ ਤਾਂ ਹੈ ਹੀ, ਬਾਅਦ 'ਚ ਦੇਣ ਪਏ। ਇੰਨੇ ਤੁਹਾਡੇ ਕੋਲ ਇੰਡਸਟਰੀ ਡਿਪਾਰਟਮੈਂਟ 'ਚ ਕਿਹੜਾ ਕੰਮ ਹੋਇਆ? ਲਾਸਟ ਸਵਾਲ ਹੈ ਸਰ, ਕੀ ਹੁਣ ਸ਼ਹਿਰ ਵਾਸੀਆਂ ਲਈ ਸਭ ਤੋਂ ਪਹਿਲਾਂ ਕੀ ਸਟੈਪ ਹੋਊਗਾ? ਦੇਖੋ ਜੀ, ਸ਼ਹਿਰ ਵਾਸੀਆਂ ਲਈ ਵੀ ਕੰਮ ਕਰਨਾ ਪੈਣਾ, ਪੰਜਾਬ ਵਾਸੀਆਂ ਲਈ ਵੀ ਕਰਨਾ ਪੈਣਾ, ਦੁਆਬੇ ਲਈ ਵੀ ਕਰਨਾ ਪੈਣਾ। ਆਹ ਪ੍ਰੈਸ ਵਾਲੇ ਕਹਿੰਦੇ ਦੁਆਬੇ ਦੇ ਇਕੱਲੇ ਮਿਨਿਸਟਰ ਹੈ ਨਹੀਂ, ਮੈਂ ਕਿਹਾ ਭਰਾਵਾ ਸਾਰੇ ਪੰਜਾਬ ਲਈ ਵੀ ਕਰਨਾ, ਦੁਆਬੇ ਲਈ ਵੀ, ਆਪਣੀ ਵਿਧਾਨ ਸਭਾ ਲਈ, ਸ਼ਹਿਰ ਲਈ ਵੀ। ਸੋ ਨਿਸ਼ਚਿੰਤ ਰਹੋ, ਥੋੜ੍ਹਾ ਟਾਈਮ ਚਾਹੀਦਾ ਹੋਣਾ ਚੀਜ਼ਾਂ ਨੂੰ ਔਰਗੇਨਾਈਜ਼ ਕਰਨ ਨੂੰ, ਉਹ ਮੈਕਾਨਿਜ਼ਮ ਤਿਆਰ ਕਰਨ ਨੂੰ ਟਾਈਮ ਚਾਹੀਦਾ ਹੁੰਦਾ ਬੰਦੇ ਨੂੰ। ਡੈਫੀਨੇਟਲੀ ਵਧੀਆ ਕੰਮ ਕਰਾਂਗੇ, ਮੈਂ ਪ੍ਰੈਸ ਨੂੰ ਵੀ ਇਹ ਨਿਵੇਦਨ ਕਰਦਾ। ਦੇਖੋ, ਉਹ ਤਾਂ ਆਪਾਂ 70 ਸਾਲਾਂ ਜਿਹੜਾ ਕੋਈ ਜਵਾਬ ਮੰਗਦੇ ਹਾਂ, ਮੰਗਦੇ ਟਾਈਮ ਕੱਢਤਾ, ਅਤੇ ਆਪਾਂ ਥੋੜ੍ਹਾ ਟਾਈਮ ਦੇਈਏ ਜ਼ਰੂਰ ਚੀਜ਼ਾਂ। ਦੇਖੋ, ਟਾਈਮ ਲੱਗਣਾ, ਕਿਉਂਕਿ ਜਰਜਰ ਪੰਜਾਬ ਮਿਲਿਆ, ਖੰਡਰ ਪੰਜਾਬ ਮਿਲਿਆ, ਔਰ ਕਰਜ਼ਾਈ ਪੰਜਾਬ, 3.5 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਹੈ। ਪਹਿਲਾਂ ਕਿਤੋਂ ਨਾ ਕਿਤੋਂ ਪੈਸਾ ਵੀ ਤਾਂ ਇਕੱਠਾ ਕਰਨਾ ਪੈਣਾ, ਮਨਪ੍ਰੀਤ ਦਾ ਪੀਪਾ ਪੂਪਾ ਜਿਹਾ ਦਿਖਾ ਕੇ ਦੇਖ ਲਓ ਹਾਲ ਕੀ ਹੋਇਆ ਉਹਨਾਂ ਦਾ। ਸੋ ਇਹ ਗੱਲਾਂ ਚੱਲਦੀਆਂ ਹੈਗੀਆਂ ਯਾਰ, ਨਿਸ਼ਚਿੰਤ ਰਹੀਓ, ਵਧੀਆ ਕੰਮ ਪੰਜਾਬ। ਦੇਖੋ, ਸਰਕਾਰ ਐਕਸ਼ਨ ਮੋਡ 'ਤੇ ਆ, ਤੁਸੀਂ ਛੋਟੀਆਂ ਗੱਲਾਂ ਲਾ ਲਓ, ਸਰਕਾਰ ਦਾ ਪਤਾ ਲੱਗਦਾ ਵੀ ਸਰਕਾਰ ਆਈ ਹੈ ਪੰਜਾਬ 'ਚ, ਜਲਦੀ ਕੰਮ ਵੀ ਹੋਊਗੇ, ਵਿਚਾਰ ਕਰਨ ਦੀ ਲੋੜ ਹੈ।